ਸੱਚ ਬੋਲਣਾ ਨੂੰ ਇਹੋ ਜਿਹਾ ਕਸਾਉਣਾ ਐ ਕੁੱਟਣਾ ਐ ਜਲੀਲ ਕਰਨਾ ਤਾਂ ਪਹਿਲੇ ਘੇਰ ਕੇ ਪਿੰਡਾਂ ਸਵਾਲ ਪੁੱਛੋ ਵੀ ਨੌਜਵਾਨਾਂ ਤੇ ਐਨ ਐਸ ਏ ਲਾਇਆ ਵੀ ਵੀਡੀਓ ਇਕੱਲੇ ਇਕੱਲੇ ਘਰ ਪਹੁੰਚਦੀ ਕਰਦੇ ਵੀ 29 ਤਰੀਕ ਦਾ ਪੂਰਾ ਵੱਡਾ ਇਕੱਠ ਕਰਨਾ ਸਰਕਾਰ ਦੀਆਂ ਚੂਲਾਂ ਹਿਲਾਉਣੀਆਂ ਚੂਲਾ ਗਰਦ ਕੱਢ ਦਿਓ ਕਿਉਂਕਿ ਬੰਦੀ ਦੋ ਚਾਰ ਰਹਿ ਗਏ ਸੱਚ ਬੋਲਣ ਵਾਲੇ ਜੇ ਸੱਚ ਬੋਲਣਾ ਨੂੰ ਇਹੋ ਜਿਹਾ ਕਸਾਉਣਾ ਐ ਕੁੱਟਣਾ ਐ ਜਲੀਲ ਕਰਨਾ ਤਾਂ ਪਹਿਲੇ ਕੱਖ ਨੀ ਅਕਾਲੀ ਕਾਂਗਰਸੀ ਚੰਗੇ ਕਹਾਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਗਾ ਮੁੰਡੇ ਆਪਾਂ ਕੈਪਟਨ ਦਾ ਰਾਜ ਦੇਖਿਆ ਬਾਦਲ ਦਾ ਦੇਖਿਆ ਇਹੋ ਜਿਹਾ ਕੁਛ ਹੁੰਦਾ ਹੁੰਦਾ ਸੀ ਉਹ ਰਾਜ ਚ ਹੁੰਦਾ ਨੀ ਨਾ ਉਹ ਬਾਦਲ ਕੈਪਟਨ ਦੇ ਰਾਜ ਚ ਕੈਪਟਨ ਤਾਂ ਯਾਰ ਇੰਨੀਆਂ ਸੋਹਣੀਆਂ ਗੱਲਾਂ ਨੂੰ ਪੁੱਛਦੇ ਹੀ ਨਹੀਂ ਸੀ ਲੋਕ ਉਹਨੂੰ ਕਹਿੰਦੇ ਸੀ ਰੂਸਾ ਦਾ ਅਸਕ ਰੂਸਾ ਦਾ ਐ ਰੂਸਾ ਇਹਦੀ ਐ ਲੱਗਦੀ ਆ ਕਹਿੰਦੇ ਸੀ ਨਾ ਡੱਕਾ ਨੀ ਬੋਲਦਾ ਸੀ ਬਾਦਲ ਨੂੰ ਕਿੰਨਾ ਕੁਛ ਹੁੰਦਾ ਇੰਨੇ ਛੋਟੇ ਪੱਧਰ ਤੇ ਆ ਕੇ ਆਉਂਦੇ ਹੀ ਨਹੀਂ ਸੀ ਉਹ ਆ ਅਸੀਂ ਸੋਸ਼ਲ ਮੀਡੀਆ ਤੇ ਇੰਨਾ ਕੁਛ ਬੋਲਦੇ ਲੋਕ ਗਾਲਾਂ ਕੱਢਦੇ ਦੋਨੇ ਪਾਰਟੀਆਂ ਨੂੰ ਸਾਡੇ ਵਰਗੇ ਜਿੰਨੇ ਵੀ ਥੱਲੇ ਯੂਟਿਊਬਰ ਸੀ ਕਿਸੇ ਨੂੰ ਕੋਈ ਪੁੱਛਦਾ ਵੀ ਨਹੀਂ ਸੀ ਵਿਚਾਰਾ ਆਪਦੇ ਹੱਕਾਂ ਦੀ ਗੱਲ ਕਰਦਾ ਕਰੀ ਜਾਣ ਦੇ ਆ ਪਹਿਲਾ ਮੁੱਖ ਮੰਤਰੀ ਆ ਵੀ ਕਮੈਂਟ ਪੜ ਕੇ ਵੀ ਪਰਚਾ ਕਮੈਂਟ ਪੜ ਕੇ ਵੀ ਪਰਚਾ ਆ ਲਿਆਓ ਬਦਲਾ ਬਹੁਤ ਹੱਥ ਚੱਕੀ ਸੀ ਬਦਲਾ ਲਿਆਉਣਾ ਉਦੋਂ ਮੈਂ ਚਲੋ ਮੈਂ ਵੀ ਵਿੱਚ ਹੀ ਸੀ ਆ ਸਾਰੀ ਵਿੱਚ ਸੀ ਹਨਾ ਝਾੜੂ ਨੂੰ ਇਕੱਲੇ ਇਕੱਲੇ ਨੇ ਵੋਟ ਪਾਈ ਸੀ ਨਾ ਕਿ ਸਾਰੀਆਂ ਉਮੀਦਾਂ ਟੁੱਟ ਗਈਆਂ ਨਾ ਅੱਜ ਪੰਜਾਬ ਡਿਪਰੈਸ਼ਨ ਚ ਵਗ ਗਿਆ ਕਾਰਨ ਕੀ ਆਹੀ ਆ ਬਦਲਾ ਚਾਹੁੰਦੇ ਸੀ ਆ ਦੇਖ ਲਓ ਬਦਲਾ ਉਹ ਬਾਈ ਜੀ ਝਾੜੂ ਵਾਲਿਆਂ ਨੂੰ ਘੇਰ ਘੇਰ ਕੇ ਪਿੰਡਾਂ ਸਵਾਲ ਪੁੱਛੋ ਵੀ ਨੌਜਵਾਨਾਂ ਤੇ ਐਨਐਸਏ ਲਾਇਆ ਚਿੱਟਾ ਨਹੀਂ ਬੰਦ ਹੋ ਰਿਹਾ ਬੇਰੁਜ਼ਗਾਰੀ ਵੱਧ ਰਹੀ ਆ ਕੱਲੇ ਬੋਰਡਾਂ ਤੇ ਮਸੂਰੀ ਤੋਂ ਬਿਨਾ ਇੱਕ ਕੰਮ ਕਰਿਆ ਜਿਹੜਾ ਸਰਕਾਰ ਨੇ ਮੈਨੂੰ ਗਿਣਿਆ ਦਿਓ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰੀ ਜਾਓ ਚਲਦੀ ਚਲਦੀ ਘਰ ਘਰ ਪਹੁੰਚਦੀ ਕਰ ਦਿਓ 27 ਤਰੀਕ ਨੂੰ ਨਹੀਂ ਇਕੱਠ 29 ਨੂੰ ਆ ਜ਼ਿਲ੍ਹਾ ਬਰਨਾਲਾ ਪਿੰਡ ਕੋਟ ਦਿੰਨੇ ਭਾਨੇ ਦੇ ਪਿੰਡ ਐਡਾ ਵੱਡਾ ਇਕੱਠ ਕਰਨਾ ਸਰਕਾਰ ਨੂੰ ਪਤਾ ਲੱਗ ਜੇ ਵੀ ਐ ਨੌਜਵਾਨਾਂ ਨੂੰ ਕੁੱਟਣਾ ਗਾ ਵੀ ਐ ਕੁੱਟੀ ਦਾ ਹੁੰਦਾ ਹਨਾ ਫੇਰ ਪਤਾ ਲੱਗੂ ਇਹਨਾਂ ਨੂੰ ਚੂਲਾ ਹਿਲਾ ਦੋ ਇਹਨਾਂ ਨੇ ਚੂਲਾ ਨਹੀਂ ਭਰਾਵਾ ਫਿਰ ਇਕੱਲੇ ਇਕੱਲਾ ਕੁੱਟ ਖਾਣ ਦੇ ਤਿਆਰ ਰਹੋ ਲੜਾਈ ਤੁਹਾਡੇ ਗਲ ਪੈ ਗਈ ਤੁਹਾਡੇ ਘਰਾਂ ਚ ਆ ਗਈ ਲੜਾਈ ਵੜ ਗਈ ਉਹ ਪਤੰਦਰੋ ਤੁਹਾਡੇ ਪੱਲੇ ਕੀ ਰਹਿ ਗਿਆ ਨਸ਼ੇ ਜ ਤੁਸੀਂ ਮਾਰਤੇ ਐਨਐਸਏ ਤੁਹਾਡੇ ਮੁੰਡਿਆਂ ਤੇ ਲੱਗੀ ਨੇ ਜ਼ਮੀਨ ਤੁਹਾਡੀ ਖੋਣ ਦੀ ਤਿਆਰੀ ਆ ਸਰਕਾਰੀ ਖਰੀਦ ਜ਼ਮੀਨਾਂ ਦੀ ਤੋੜਨ ਦੀ ਤਿਆਰੀ ਆ ਜਿਹੜੀ ਆਪਾਂ ਝੋਨਾ ਕਣਕ ਬੀਜਦੇ ਆ ਆ ਝਾੜੂ ਵਾਲੇ ਦੇ ਵਕੀਲ ਹੀ ਕਹੀ ਜਾਂਦੇ ਜਾ ਕੇ ਵੀ ਝੋਨਾ ਦੀ ਜਿਹੜਾ ਪਰਾਲੀ ਦਾ ਉੱਥੇ ਧੂੰ ਆਉਂਦਾ ਵੀ ਸਰਕਾਰੀ ਖਰੀਦ ਤੋੜੋ ਉਹ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਆ ਗਈ ਹੁਣ ਭੇਡਾਂ ਥੱਲੇ ਕਮੈਂਟਾਂ ਚ ਇਹਨਾਂ ਦਾ ਹਾਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਕਿੰਨੇ ਹਜ਼ਾਰ ਆਈਡੀ ਬਿਠਾਈ ਵੀ ਆ 5000 ਆਈਡੀ ਇਹਨਾਂ ਦੀ 5000 ਆਈਡੀ ਕੀ ਕਰਨ ਵਾਸਤੇ ਬਾਈ ਆ ਬਾ ਕਮੈਂਟ ਕਰਨੇ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ 5000 ਫੇਕ ਆਈਡੀ ਲਾਈ ਵੀ ਆ ਝਾੜੂ ਵਾਲਿਆਂ ਦੀ ਬਸ ਗਰਾਊਂਡ ਤੇ ਕੋਈ ਕੰਮ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਹਵਾ ਬਣਾ ਕੇ ਰੱਖਣੀਆਂ ਗਾਲਾਂ ਕੱਢਣੀਆਂ ਪੇਜ ਰੋਕਣੇ ਰੀਚ ਮਾਰਨੇ ਲੋਕਾਂ ਨੂੰ ਔਖੇ ਕਰਨਾ ਹੋਰ ਕੁਛ ਨਹੀਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਉਹਦੇ ਦੀ ਮੈਂ ਰਿਸਪੈਕਟ ਕਰਦਾ ਮੈਂ ਗਨਮੈਨ ਨਹੀਂ ਲਊਂਗਾ ਮੇਰਾ ਪਰਿਵਾਰ ਨਹੀਂ ਗਨਮੈਨ ਲਊਗਾ ਮੁਰਗੀ ਖਾਨਾ ਖੋਲ ਲਓ ਜੇ ਗਨਮੈਨ ਲੈਣੇ ਆ ਐ ਕਰ ਦੂ ਮੈਂ ਆਮ ਘਰਾਂ ਦਾ ਮੁੰਡਾ ਮੈਂ ਫੀਟਰ ਮੂਹਰੇ ਪੈਂਦਾ ਰਿਹਾ ਮੇਰੇ ਮੱਸਰ ਲੜਦਾ ਰਿਹਾ ਮੇਰੇ ਆਸੇ ਟਰੈਕਟਰ ਦੇ ਹੈਂਡਲ ਨੇ ਮੇਰਾ ਗੁੱਟ ਤੋੜਦਾ ਸੀ ਆਹ ਦੇਖ ਲਓ ਕੀ ਕਰ ਰਿਹਾ ਆਮ ਘਰਾਂ ਦਾ ਮੁੰਡਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਸਵਾਲ ਕਰੋ ਪਹਿਲਾਂ ਇਹ ਐਂ ਕਹਿੰਦੇ ਵੀ ਸਵਾਲ ਕਰੋ ਕਹਿੰਦੇ ਹੁੰਦੇ ਜੀ ਨਾ ਵੀ ਹਰ ਇੱਕ ਨੌਜਵਾਨ ਸਵਾਲ ਕਰੋ ਤੇ ਹੁਣ ਜਦੋਂ ਸਵਾਲ ਹੁੰਦੇ ਹੁਣ ਚੀਕਾਂ ਕਿਉਂ ਮਾਰਦੇ ਆ ਬਈ ਬਾਈ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰਕੇ ਘਰ ਘਰ ਪਹੁੰਚਦੀ ਕਰੋ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਕੱਲਾ ਕੱਲਾ ਨੌਜਵਾਨ ਕੁੱਟਿਆ ਜਾਊ ਜੇਲ੍ਹਾਂ 'ਚ ਧੱਕਿਆ ਜਾਊਗਾ ਉਹੀ ਗੱਲਾਂ ਸੱਚ ਹੋਣ ਲੱਗ ਗਈਆਂ ਪੁਰਾਣੇ ਟਾਈਮ ਵਾਲੀਆਂ ਵੀ ਜਿਵੇਂ 84 ਦੇ ਦੌਰ 'ਚ ਨੌਜਵਾਨੀ ਪੰਜਾਬ ਦੀ ਛੱਡਦੇ ਸੀ ਅੰਦਰ ਉਹ ਕਾਇਮ ਹੋ ਜਾਓ ਇਕੱਠੇ ਹੋ ਜਾਓ ਉਹ ਪਿੰਡਾਂ 'ਚ ਕਿਉਂ ਧੜੇਬਾਜ਼ੀ ਬਣਾਈ ਬੈਠੇ ਹੋ ਓਏ ਕਿਸਾਨ ਯੂਨੀਅਨਾਂ ਵੀ ਲੱਗ ਜਾਓ ਹੁਣ ਹੋਰ ਦੱਸਦਾ ਇਹ ਸਰਕਾਰਾਂ ਕਿਸਾਨ ਯੂਨੀਅਨ ਨੂੰ ਨਿੰਦ ਰਹੀਆਂ
ਉਹ ਤੁਹਾਡੀ ਜ਼ਮੀਨ ਬਚਾਈ ਬੈਠੇ, ਕੁਰਕ ਨੀ ਹੋਣ ਦੇ ਰਹੇ, ਦੇ ਰਹੇ ਚਿੱਪ ਵਾਲੇ ਮੁੰਡੇ ਮੀਟਰ ਲੱਗਣ ਨੀ ਨਾ ਦੇ ਰਹੇ, ਜੂਨੀਅਰ ਨਾਲੇ ਨੀ ਲੱਗਣ ਦੇ ਰਹੇ। ਉਹ ਜਿਹੜਾ ਵੀ ਪਿੰਡ ਦਾ ਬੰਦਾ ਕੋਈ ਉੱਠ ਕੇ ਤੁਰਦਾ ਗਾ ਸਰਕਾਰਾਂ ਵਿਰੁੱਧ ਲੜਦਾ, ਉਹਦਾ ਸਾਥ ਦਿਆ ਕਰੋ। ਪਾਰਟੀਆਂ ਦਾ ਤੁਸੀਂ ਦੇਖ ਲਿਆ, ਹੁਣ ਚੱਕ ਕੇ ਕਹਿ ਦੇ ਉਹਨੂੰ ਕਹਿ ਆਉਂਦੇ ਆ, ਤਿੰਨੇ ਪਾਰਟੀਆਂ ਆਪਣੇ ਨਾਲ ਨੀ ਖੜੀਆਂ। ਉਹ ਭਰਾਵੋ ਹੱਕ ਸੱਚ ਦੇ ਜਿਹੜੇ ਲੜਾਈ ਲੜਦੇ ਉਹ ਬੰਦਿਆਂ ਨਾਲ ਖੜ ਜਾ ਕਰੋ। ਕੱਲਾ ਇਹਨਾਂ ਕੋਲ ਸੋਸ਼ਲ ਮੀਡੀਆ, ਮੁੱਖ ਮੰਤਰੀ ਸਾਹਿਬ ਪੰਜਾਬ ਘੱਟ ਚਲਾਉਂਦੇ ਨੇ, ਪੇਜ ਵੱਧ ਚਲਾਉਂਦੇ ਨੇ। ਕੱਲਾ ਸੋਸ਼ਲ ਮੀਡੀਆ ਕਰੀ ਜਾਂਦੇ ਆ, ਫੇਕ ਐਡੀਆਂ ਬਣਾਈ ਬੈਠਿਆ, ਫੇਕ ਪੇਜ। ਕੰਮ ਗਣਿਆ ਦੋ ਯਾਰ, ਇੱਕ ਕੰਮ ਗਣਿਆ ਦੋ ਮੁੱਖ ਮੰਤਰੀ ਸਾਹਿਬ ਦਾ, ਤੁਹਾਨੂੰ ਮੈਂ ਮੰਨ ਜੂੰਗਾ। ਇੱਕ ਕੰਮ, ਕੱਲੀਆਂ ਮਸ਼ਹੂਰੀਆਂ ਤੇ ਸੋਸ਼ਲ ਮੀਡੀਆ, ਕੱਲੀਆਂ ਮਸ਼ਹੂਰੀਆਂ ਸੋਸ਼ਲ ਮੀਡੀਆ। ਕੱਲ ਨੂੰ ਹੋਰ ਵੀ ਬਹੁਤ ਨੌਜਵਾਨ ਜੇਲਾਂ ਸਿੱਟਣੇ ਆ, ਪਰਚੇ ਵੀ ਪੈਣੇ ਆ, ਧੱਕਾ ਬਹੁਤ ਹੋਣਾ ਭਰਾਵੋ। ਭਾਨੇ ਦੇ ਹੱਕ ਚ ਆਪਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ। ਵੱਧ ਤੋਂ ਵੱਧ ਬਾਈ ਬੰਦੇ ਪਹੁੰਚੋ ਕੋਰਟ ਦਿੰਨੇ, ਠੀਕ ਆ, 27 ਤਰੀਕ ਨੂੰ ਨੀ 29 ਤਰੀਕ ਨੂੰ। ਉਹ ਵੱਡਾ ਇਕੱਠ ਕਰੋ, ਨਹੀਂ ਪੰਜਾਬੀਓ ਤੁਹਾਡੇ ਗਲਾਂ ਚ ਆ ਕੇ ਲੜਾਈ ਪੈ ਗਈ, ਜ਼ਮੀਨਾਂ ਤੁਹਾਡੀਆਂ ਦੱਬਣ ਨੂੰ ਤਿਆਰ ਆ। ਹੁਣ ਪਹਿਲਾਂ ਜਿਹੜਾ ਬਾਹਰ ਕੈਨੇਡਾ ਅਮਰੀਕਾ ਵਾਲਾ ਸੀ, ਉਹ ਰਾਹ ਵੀ ਤੁਹਾਡੇ ਬੰਦ ਹੋ ਗਏ, ਕੰਮ ਉੱਥੇ ਵੀ ਨੀ ਮਿਲ ਰਿਹਾ। ਲੜਾਈ ਸੁਣੋ, ਪੰਜਾਬ ਲਈ ਲੜਨੀ ਪਊਗੀ, ਤੁਹਾਡੇ ਪੱਲੇ ਕੱਖ ਨੀ ਰਹਿਣਾ। ਜ਼ਮੀਨਾਂ ਗਈਆਂ ਨਸ਼ਿਆਂ ਚ ਮਾਰਤੇ, ਉਹ ਤੁਸੀਂ ਮੰਗਣ ਵਾਲੇ ਕਰਤੇ ਸਰਕਾਰਾਂ ਨੇ, ਹੱਕ ਸੱਚ ਵਾਲੇ ਬੰਦੇ ਨੂੰ ਚੱਲਣੀ ਨਹੀਂ ਦਿੰਦੇ ਇਹ। ਆਪ ਕੋਈ ਮੰਤਰੀ ਸੰਤਰੀ MLA ਕੁਛ ਕਰ ਨਹੀਂ ਰਹੇ, ਜੇ ਭਾਨੇ ਵਰਗਾ ਕਰਦਾ ਚੱਕ ਕੇ ਉਹਦੇ ਤੇ ਪਰਚਾ। ਵੀਡੀਓ ਕੱਲਾ ਕੱਲਾ ਸ਼ੇਅਰ ਕਰੋ, ਧੰਨਵਾਦ, ਜਿਉਂਦੇ ਰਹੋ।